ਮੱਝ ਵੇਚਣੀ ਪੈਣੀ ਹੈ, ਫਿਰ ਜਾ ਕੇ 50,000 ਹੋਣਾ। ਲਓ ਅਗਲੀ ਰੇਡ, ਫਿਰ ਕਬੱਡੀ ਕਹਿੰਦੇ ਹਾਰਨੇ ਅੱਜ ਬੁਲਟ ਤੇ ਜਿਵੇਂ ਸੋਨੂੰ ਸਿੰਘੂ ਵਾਲਾ ਕਹਿੰਦਾ ਹੁੰਦਾ ਹੈ ਇੱਕ ਸਲਪੈਂਡਰ ਵੀ ਦਿੱਤਾ ਜਾਣਾ ਹੈ। ਫਿਰ ਗਰੇ ਪ੍ਰਮਾਤਮਾ ਇਹ ਫਿਰ ਕਹਿੰਦੇ ਕਬੱਡੀ 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 ਆਓ ਕਹਿੰਦੇ ਜਹਾਜ਼ ਬਣ ਕੇ ਮੇਰੇ ਮਿੱਤਰੋ ਵੱਡੇ ਭਾਜੀ ਰਵੀ ਆ ਗਿਆ ਪਹਿਲੀ ਕਬੱਡੀ ਲਿਆਉਣੇ ਵਾਲਾ। ਇਹ ਕਹਿੰਦਾ ਬਾਈ ਜੀ ਦੱਸ ਦਿਓ ਵੀ ਮੈਂ ਗੁੱਜਰ ਹਾਂ। ਲਓ ਗੁੱਜਰ ਹਰਿਆਣੇ ਵਾਲਾ ਛਾਇਆ ਹੋਇਆ ਮੈਦਾਨਾਂ ਦੇ ਵਿੱਚ, ਇੱਕ ਦੁਕਾਨ ਵਾਲਾ ਨਰਿੰਦਰ ਬਿੱਟੂ ਗੁੱਜਰ, ਇੱਕ ਆਹ ਨੌਜਵਾਨ ਦਿਆੜੇ ਵਾਲਾ ਗੁੱਜਰ ਪਰਿਵਾਰ ਦਾ। ਹਾਂ 60,000 ਦੀ ਜਿਹਦੇ ਵਿੱਚ 60,000 ਇੱਕ ਕਬੱਡੀ ਪੈ ਗਈ, 2 ਪੈਣਗੀਆਂ। ਸੋ ਮੋਹਨਵੀਰ ਬਾਲੋਣਾ ਦਾ, ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਲਓ ਅਗਲੀ ਕਬੱਡੀ ਮੈਦਾਨ ਦੇ ਵਿੱਚ ਪਾਉਣ ਦੇ ਲਈ ਅੰਬਾ ਫਿਰ ਵੱਧਦਾ ਹੋਇਆ। ਆਓ ਸਾਹਮਣੇ ਕਹਿੰਦੇ ਅੰਬਾ ਫਿਰ ਵਧਿਆ ਹੋਇਆ, KTM ਲੱਗਾ ਹੋਇਆ, 8 ਰੇਡਾਂ ਪੈਣਗੀਆਂ, ਕੁਝ ਪੈ ਗਈਆਂ ਕੁਝ ਬਾਕੀ ਹੋਏ। ਕਹਿੰਦੇ ਅੰਬਾ ਫੜਦਾ ਮਜ਼ਾਕ ਥੋੜੀ ਹੈ, ਮਜ਼ਾਕ ਥੋੜੀ ਹੈ। ਉਹ ਪਤਾ ਜਾ ਮਾਸੂਰ ਸਿੰਘ ਵਾਲਾ ਅੱਜ ਦੇ ਬਾਪੂ ਆਇਆ ਹੋਇਆ, ਅੱਜ ਦੇ ਅੰਬਿਆ ਬਾਪੂ ਆਇਆ ਹੋਇਆ। ਉਹ ਜਸ਼ਨ ਦੀ ਕਬੱਡੀ ਉਸਤਾਦ ਆ ਜਾਓ ਫੇਰ ਉੱਥੇ ਹੀ। ਆਓ ਜਸ਼ਨ ਕਹਿੰਦੇ ਕਬੱਡੀ ਪਾ ਰਿਹਾ, ਮੈਨੂੰ ਲੱਗਦਾ ਮੈਨੂੰ ਲੱਗਦਾ ਰੇਡਰ ਸੁਨੀਲ ਕਦਾਰ ਜੀ ਉਹਨਾਂ ਵੱਲੋਂ ਜਿਹੜਾ ਜਾਫੀ ਹੁਣ ਤੋਂ 3 ਜਫੇ ਲਾ ਗਿਆ ਉਹਨੂੰ ਟਰੈਕਟਰ ਦਿੱਤਾ ਜਾਊਗਾ। ਤਾੜੀਆਂ ਮਾਰ ਦੇ ਇੱਕ ਵਾਰੀ ਜ਼ੋਰਦਾਰ। ਹਰਿਆਣੇ ਵਾਲਾ ਸ਼ੀਲੂ ਕੋਸ਼ਿਸ਼ ਕਰਦਾ ਲੱਗਣ ਦੀ, ਬੱਲੇ ਬੱਲੇ ਹੋਈ ਪਈ ਇੱਕ ਪਾਸੇ ਪੱਖੀ ਵਾਲਾ ਔਰ ਦੂਸਰੇ ਪਾਸੇ ਬਾਹੂ ਅਕਬਰ ਵਾਲਾ, ਮੈਦਾਨ ਦੇ ਵਿੱਚ ਬੱਲੇ ਬੱਲੇ ਹੁੰਦੀ ਹੋਈ ਕਬੱਡੀ ਕਬੱਡੀ ਕਬੱਡੀ। ਜਿਹੜਾ 3 ਜਫੇ ਹੁਣ ਤੋਂ ਲਾ ਗਿਆ ਉਹਨੂੰ ਸੁਨੀਲ ਕੁਮਾਰ ਵੱਲੋਂ ਟਰੈਕਟਰ ਦਿੱਤਾ ਜਾਊਗਾ, ਟਰੈਕਟਰ ਦੇ ਨਾਲ ਮਾਨਸਰਮਾਨ ਹੋਣਗੇ। ਤਾਂ ਅਗਲੀ ਕਬੱਡੀ ਹਰਮਨ ਬੁਲਟ ਖੀਰਾ ਮਾਰੀ, ਉਹ ਹਰਮਨ ਕਬੱਡੀ ਪਾ ਰਿਹਾ। ਜਿਹੜਾ ਮੱਖੀ ਵਾਲਾ ਹੋਲਡ ਸੀ ਉਹ ਜਾਫੀਏ ਨੂੰ ਦਿੱਤਾ ਗਿਆ, ਜਿਹੜਾ ਮੱਖੀ ਵਾਲਾ ਹੋਲਡ ਸੀ ਉਹ ਜਾਫੀਏ ਨੂੰ ਦਿੱਤਾ ਗਿਆ। ਇਹ ਕਹਿੰਦੇ ਰੀਅਲ ਹੈ, ਇਹ ਫਿਲਮਾਂ ਵੀ ਆ ਟੰਮੀਆਂ ਨੀ, ਇਹ ਰੀਅਲ ਹੈ, ਇਹ ਫਿਲਮਾਂ ਵੀ ਆ ਟੰਮੀਆਂ ਨੀ। ਉਹ ਕਹਿੰਦੇ ਚੱਕੀ ਦੇ ਬੁਲਟ ਮੇਰੇ ਮਿੱਤਰੋ ਨੰਬਰ ਕਹਿੰਦੇ ਰੇਡਰ ਨੇ ਇਸ ਜੁੜਦਾ।